ਹਫਤੇ ਕੀ ਆਇਓ ਤੁਸੀਂ ਮਾ ਸ਼ਰੀ ਆਈ ਜਾ ਤੁਹਾਡੇ ਨਾਲ ਸ਼ੇਰ ਜ਼ਰੂਰ ਕਰਿਆ ਸਰਵਿਸ ਹੈ ਇੰਤਾਈ ਨਾਕਸ ਹੈ ਲੇਕਿਨ ਉਸਨੇ ਬਾਬੂ ਲਾਇਕ ਥੋੜ੍ਹਾ ਬਹੁਤ ਚਲੀ ਗਿਆ ਲੇਕਿਨ ਇਸ ਚੀਜ਼ ਜ਼ਰੂਰ ਸ਼ੇਅਰ ਕਰਿਆ ਰਾਜਾ ਰਹਿਮਾਨ ਸਾਹਿਬ ਜਨਾਬ ਥੈਂਕ ਯੂ ਜੀ ਕਾਸ਼ੀ ਜਨਾਬ ਕਾਸ਼ੀ ਸਾਹਿਬ ਜਿਹੜੇ ਜਿਹੜੇ ਬੰਦੇ ਜਨਾਬ ਨਾਇਬ ਤੱਕ ਰਹੇ ਹਾਂ ਯਮੀਨ ਸਾਹਿਬ ਜਨਾਬ ਜੀ ਮਲਕ ਸਾਹਿਬ ਜਨਾਬ ਜਿਤਨੇ ਪ੍ਰਾਂਤ ਤੱਕ ਨੇ ਜਨਾਬ ਤੁਸੀਂ ਲਾਜ਼ਮੀ ਸ਼ੇਅਰ ਕਰ ਸਕਦੇ ਜਿਤਨੇ ਬਜ਼ੁਰਗ ਦੋਸਤ ਭਰਾ ਮੌਜੂਦ ਹੋ ਗਏ ਸਾਰਿਆਂ ਦੀ ਅਰਦਾਸ ਸਲਾਮ ਹੈ ਜੀ
बस सलाम 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 स्टेज सचिव साहब ने शमा सावन साहब ने मैं अपने बारे में बाकी भी दसिया अस शादी की मुबारकबाद पेश करने हैं अल्लाह ताला अपनी रहमत ना बेबा नजूर फरमान इन्होंने आने वाली जिंदगी के अंदर खसूसन अज मैं थोड़ा प्रोग्राम है इस वास्ते खसूसी हुक्म मेरे अजीज बरादर छोटे भाई राजा नवीर निधि साहब उन्होंने खसूसी चार तो बहुत राजा बलिंदर फुल्ला शराज शराजी साहब उन्होंने खसूसी चार तो बहुत असा चाहिए तो उन्हें भी याद रहा कोशिश कर सकते हो जब मैं ये तो तक जने वैसाई है इन्हें मैं तलाई अच्छी तरह कसम कर सकते हैं ना कसम के अंदर मेरी अजीज ब्राज अजीज मक्ता ने भाई जी राजा रबीस साहब कांडा थे कसम के अंदर मौजूद हैं मैं वेलकम आना इन्हें ना जितने भी मेरे दोस्त उन सारी की वेलकम राजा सलमान साहब मेरबर थे राजा शुजा साहब मेरबर थे गजम नगर तशरीफ आवर उन सारे की और उन लोगों की पूरी जड़ी संगत है उनकी वेलकम होना सरदार वाजिद साहब तुसने इलाके में जाने बुटाने शख्सियत उनकी भी अस वेलकम होने मलक शमर साहब मुख्तार आदल साहब पुलिस डिपार्टमेंट जाने सारे की वेलकम कर रहे हैं बिना तखीर असम हजूर नवाज का सब जो कुछ जानने हैं कोशिश कर सौ अच्छा आज वाल पेश करो मेरे उस्ताद भाई शुभाष सावंत साहब इलाका कलडा का तलक है एक सौ की इंशाला अच्छा बुजुर्ग सुना सब असम कोशिश कर सब जो कुछ जानने हैं जो करा सदी महसूस करा तो लिखने वाले नहीं एक बार इधर ही सुना आने के मेरे सजनों बैरी पर सारा जहान हो जाए बैरी पर सारा जहान हो जाए वो कुछ परवाह ये मरम जी
ਜਾ ਸਕੋ ਕੁਪ ਸਾਹਿਬ ਪਰਮਾਨ ਐਸੋਸੀਏਸ਼ਨ ਅਦਨਾਨ ਦਾਨੀ ਸਾਹਿਬ ਮਨ ਗਵਾਸਰ ਸਾਹਿਬ ਉਹਨਾਂ ਨੂੰ ਬਹੁਤ ਵੈਲਕਮ ਆਪਣੇ ਆ ਸ਼ਹਿਰ ਬੜਾ ਖੂਬਸੂਰਤ ਰਾਜੇ ਸਲਮਾਨ ਸਾਹਿਬ ਮੈਂ ਸ਼ਹਿਰ ਦੱਸਿਆ ਮੈਂ ਆਪਣੇ ਅਨਸਰ ਨੂੰ ਸ਼ਹਿਰ ਸਾਹਿਬ ਦੱਸਿਆ ਸਦਾ
राजा शुजा साहब रखी मेरी रखी लाडा बिच मेरी सफेद पोशी अच्छा के बेशक दुनिया ना मार दुश्मन दुनिया नी ऐशो इशरत मेरे को नहीं सी मेरी जो सफेद पोशी है उस अपने गोर रखी है वही मेरा अमराज रहा आने के रखी लाडा मेरी सफेद पोशी ना कुछ Oh,
I'm gonna make it.
ਚਮਕਦਾ ਨੂਰ ਉਹਦਾ ਸਾਇਮ ਅਸਲ ਦੀ ਅਸੀਂ ਤਜੱਲਾ ਹੋਣੀ ਇਸ਼ਕ ਇਸ਼ਕ ਸਾਹਿਬ ਸਾਡੇ ਜੀ ਜੀ ਸ਼ਮਸ ਸਾਹਿਬ ਸਾਡੇ ਇਸ਼ਾਦ ਹੈ ਇਹਨਾਂ ਦਾ ਪਸੰਦੀਦਾ ਸ਼ੇਰ ਹੈ ਹਰੇਸ਼ਵਰ ਸਾਹਿਬ ਆਣੇ ਕੋਈ ਨਾਲ ਖੂਨ ਆਪਣੇ ਲਾਲ ਫਾਤਮਾ ਦੇ
ਸਮਝ ਰੱਬ ਦੇ ਰੱਬ ਦਾ ਨੂਰ ਹੈ ਜੀ ਰਸ ਮਸ ਗਿਆ ਨੂਰ ਮਹਾਰਾ ਦੇ
ਵੈਲਕਮ ਆਖਦੇ ਹਾਂ ਜੀ ਮਹਿਮਾਨ ਖਸੂਸੀ ਸ਼ੌਕਤ ਨਾਥ ਸਾਹਿਬ ਰਾਜਾ ਗਫਾਰ ਗਈ ਰਾਜਾ ਤਾਇਰ ਮੁਜ਼ਫਰ ਸਰਦਾਰ ਅਲੀ ਰਜ਼ਾ ਮਲਕ ਨਦੀਮ ਸਾਹਿਬ ਔਰ ਮੇਰੇ ਭਾਈ ਅਬਦੀ ਅਹਿਮਦ ਸਾਗਰ ਬਲੂਜੀ ਆਨਲਾਈਨ ਵਜੋਂ ਸਾਨੂੰ ਉਹਨਾਂ ਨੂੰ ਯਾਦ ਕਰਨਾ ਹੋਇਆ ਰਾਜਾ ਸਰਕਾਰ ਨੇ ਇਨਾਤ ਨਾ ਬੜਾ ਪਿਆਰਾ ਜਿਹਾ ਅੰਦਾਜ਼ ਲਿਖ ਰਹੇ ਨੇ ਬੜੀ ਗੋਈ ਸਦਾ ਪੜ੍ਹ ਕੇ
ਮਰਨੀਆਂ ਨਹੀਂ ਬੋਲ ਕੇ ਉਹ ਜਿੰਨਾ ਉਹੋਏ
निर्भर चौधरी राहुल साहब निर्भर भी यूके चौधरी को तो निश्चित ही होगा जहाँ के सरपंच साहब
ਜੋਗੀ ਇੱਜ਼ਤ ਜੇ ਕਰਦੇ ਨੇ ਮੇਰੀ ਲੋਕੀ ਇੱਜ਼ਤ ਜੇ ਕਰਦੇ ਨੇ ਮੇਰੀ ਇਹ ਕਰਮ ਮੇਰੇ ਲਜਪਾਲ ਦਾ ਲੋਕੀ ਇੱਜ਼ਤ ਜੇ ਕਰਦੇ ਨੇ ਮੇਰੀ ਕੋਈ ਨਾ
ਮਹਾਨ ਸੱਚੇ ਸਾਹਿਬ ਜਨਾਬ ਦੇ ਜੀ, ਨਵੀਨ ਸਾਗਰ ਸਾਹਿਬ, ਆਸਫ ਜੋਨੀ ਸਾਹਿਬ, ਨਵੀਨ ਅਖਤਰ ਪਰਲਵੀ, ਦੀਗਰ ਜਿਤਨੇ ਅਫਰਾਦ ਵੀ ਜਨਾਬ ਤਸ਼ਰੀਫ ਲਾਏ, ਯਾਦ ਸਾਹਿਬ ਜਨਾਬ ਦੇ ਜੀ, ਬਾਰਿਸ਼ ਵੀ ਹੈ ਜਨਾਬ, ਬਰਾਮਦੇ ਦੇ ਅੰਦਰ ਇੰਡੋਰ ਪ੍ਰੋਗਰਾਮ ਮਾਸ਼ਾ ਅੱਲਾਹ ਬਹੁਤ ਜ਼ਬਰਦਸਤ ਆ। ਸਿੰਘ ਬੱਚਨ ਸਾਹਿਬ ਦਾ ਮੁਕਾਬਲਾ ਸ਼ਾਬਾਸ਼ ਸਾਮਲ ਸਾਹਿਬ, ਸੇਰੀ ਪਰਾਟੀ ਪਰਾਟਾ ਦਾ ਕਸ਼ਮੀਰ ਦੇ ਅੰਦਰ ਜਿਤਨੇ ਦੋਸਤਾਂ ਤੋਂ ਬਾਅਦ ਮੈਚ ਰੱਖਣੇ ਅਤੇ ਉਹ ਜਿੱਥੇ ਫਿਕਰ ਕੋਈ ਨਹੀਂ ਸਾਹਮਣੇ ਛੇ ਪਏ, ਕਿਉਂਕਿ ਇਹਦਾ ਸਿਗਨਲ ਵੀ ਬਿਲਕੁਲ ਨਹੀਂ ਸਕ ਰਹੇ, ਇਸ ਸ਼ੇਅਰ ਜ਼ਰੂਰ ਕਰਿਆ। ਜਨਾਬ ਸਾਡੇ ਨਾਲ ਲਾਇਵ ਵਿੱਚ ਸ਼ਾਮਿਲ ਹੋਏ, ਬਿਸਮਿਲਲਾ ਜੀ ਇੱਕ ਦੋ ਮਿੰਟ ਜਿੱਥੇ ਸਾਥ ਵਾਲੇ ਸਾਡੀ ਬਣੀ ਇੱਕ ਦੋ ਸ਼ੇਰ ਮੁਸ਼ਾਇਰੇ ਦੇ ਅੰਦਾਜ਼ ਵਿੱਚ ਮੈਂ ਤੁਹਾਨੂੰ ਨਜ਼ਰ ਕਰਸਾਂ ਬੇ ਮਹਿਸੂਸ ਜਨਾਬ ਸਾਡੇ ਮੋਹਤਰਮ ਰਾਜਾ ਰਿਆਜ਼ ਖੁਸ਼ ਬਿਆਜੂ ਜਿਹੜੇ ਸਾਡੇ ਦੋਸਤ ਇਲਾਕਾ ਮੀਰਪੁਰ ਤੋਂ ਵਜ਼ੂ ਦੇ ਅੰਦਰ ਡਾਕਟਰ ਸਲਮਾਨ ਸਾਹਿਬ, ਰਾਜਾ ਸ਼ੁਜਾ ਸਾਹਿਬ, ਰਾਜਾ ਰਮੇਸ਼ ਸਾਹਿਬ, ਮਲਿਕ ਸ਼ਮਸ, ਔਰ ਸਾਡੇ ਦੋਸਤ ਜਨਾਬ ਰਾਜਾ ਨਵੀਨ ਨਿਧੂ ਜਿਹੜੇ ਆਨਲਾਈਨ ਵਜ਼ੂ ਤੱਕ ਦੁਬਈ ਤੋਂ ਜਿਸ ਦੀ ਨੀਤ ਮਾੜੀ ਹੋਰ ਕਰਸੋ ਲਫਜ਼ਾਂ ਕਿ ਜਿਸ ਦੀ ਨੀਤ ਮਾੜੀ ਨਾਲੇ ਸੋਚ ਸ਼ੋਭੀ ਉਹਦੇ ਬੜੇ ਸਰਦਾਰ ਤੇ ਕੀ ਫਾਇਦਾ, ਇੱਕ ਤਾਰ ਦੀ ਜਿਸ ਨੂੰ ਸਾੜ ਨਹੀਂ ਹੈ ਚੁੱਕੀ ਫੇਰੇ ਸਰਦਾਰ ਤੇ ਕੀ ਫਾਇਦਾ, ਜਿਸ ਰੁੱਖ ਨੇ ਟੁੰਡ ਦਾ ਟੁੰਡ ਰਹਿਣਾ, ਜਿਹੜਾ ਬੂਟਾ ਇੱਕ ਵਾਰੀ ਮੁੰਡੇ ਕੱਪੜ ਗਿਆ, ਜਿਸ ਰੁੱਖ ਨੇ ਟੁੰਡ ਦਾ ਟੁੰਡ ਰਹਿਣਾ ਆਵੇ ਲੱਖ ਬਹਾਰ ਤੇ ਕੀ ਫਾਇਦਾ, ਜਿਸ ਰੁੱਖ ਨੇ ਟੁੰਡ ਦਾ ਟੁੰਡ ਰਹਿਣਾ ਆਵੇ ਲੱਖ ਬਹਾਰ ਤੇ ਕੀ ਫਾਇਦਾ, ਇੱਕ ਬਾਗ ਵੀ ਕੁਰਬਾਨ ਨਹੀਂ ਕਰਨ ਜੋਗਾ ਉਹ ਬਣਿਆ ਫਿਰੇ ਨਿਸਾਰ ਤੇ ਕੀ ਫਾਇਦਾ, ਨਾ ਰਖਾਈ ਗਿਆ ਨਿਸਾਰ ਤਾਂ ਬੰਦੇ ਤੋਂ ਤਾਂ ਕਿਤੇ ਜਾਈ ਘਬਰਾਈ ਇਹਨਾਂ ਕਿ ਮੈਂ ਹੁਣ ਕਿਆ ਕਰਾਂ ਗੁਰੂ ਛੋੜਾਂ, ਜਦੋਂ ਰੂਹਾਂ ਦੇ ਕੋੜ ਗਵਾ ਦੇਵੇ ਹਜ਼ਰਤ ਲੁਕਮਾਨ ਅਲੈਹਿ ਸਲਾਮ ਜਿਸ ਬੂਦਗੀ ਆਖ ਰਹੇ ਸੀ ਉਹਨਾਂ ਗੋਲੀ ਪਿੰਡ ਸੀ ਤੇ ਫਲਾਣੀ ਮਾਜ਼ਾ ਵਾਸਤੇ ਆ, ਬਿਲਕੁਲ ਸਾਡੇ ਦੋਸਤ ਇਸ ਵਜ੍ਹਾ ਵੀ ਮੌਜੂਦ ਨੇ ਇਸ ਇਲਾਕੇ ਦੀ ਜਾਣੀ ਪਹਿਚਾਣੀ ਸ਼ਖਸੀਅਤ ਸਾਡੇ ਭਾਰਤ ਦੇ ਅਜ਼ੀਜ਼ ਮੁਹਤਰਮ ਜਨਾਬ ਮਲਿਕ ਸ਼ਮਾਲ ਅਵਾਨ ਸਾਹਿਬ, ਉਹਨਾਂ ਵੀ ਯਾਦ ਕਰਦੇ ਹੋਇਆ ਕਿਸੇ ਵਜ੍ਹਾ ਤੋਂ ਹਾਜ਼ਰ ਨਹੀਂ ਹੋਏ, ਉਹਨਾਂ ਦੀ ਕਮੀ ਮਹਿਸੂਸ ਹੋਣੀ ਪਈ, ਜਦੋਂ ਰੂਹਾਂ ਦੇ ਕੋਲ ਗਵਾ ਦੇਵੇ
फिर किसा कमाण का पता लगता करता रहे पर चोल जो कीतिया दी फिर नफे नुकसान का पता लगता सुखा विच हर कोई शेर होता पीड़ा पैन जवान का पता लगता दौलत माल नसार मियार कोई नो वस्तुआ नाल इंसान का पता लगता दौलत माल नसार मियार कोई ना वस्तुआ नाल इंसान का पता लगता करतूत बंदे ने जड़े होने ना वो दसी छोने के निजाम बराबरी ना उस्ताद शोरा साईं साहब फन अदब ने अंदर जिन्हें की उस्ताद शोरा आख्या गया उस्तादा ने उस्ताद ऐरानी भी काबली भी पिंडी वाले भी पिशावर वाले भी जिथे जिथे वो गुजरे ना उन्होंने आज तारीख याद करती गई उन्होंने लिखा सी नीच असल में किसी की जात नहीं गई नीच वो जो सुखन हार जाए नीच वो जो सुखन हार जाए पता गल कर गलों फिरी जाए या सामने गल ना करे पिछो कंडी करे ये कम जाता भी निशानी जड़े मर्द ने सामने गल करा साइया नीच असल में किसी की जात नहीं गई नीच वो जो सुखन हार जाए एक आखिरी शेर तुसे नजर कर सा ओरक लिया उमान ने पा मेनू ओ वक्त जिले इंसान की रुखसती नो हुक्म होइया ओरक लिया उमान पा मेनू मैं तजिले उमान पा लिया डिग गया फलक तो फिर भी करम कैसा तलिया उत्ते जमीन ने चाले इस जमीन ने बड़े एहसान है आसा पर हर इंसान पर हर जानदार पर वगरना जड़ा कम करी फलकू असा थले टले सा भी पना ना देनी ता कुदर जावा ओरक लिया उमान पा मेनू मैं तजिले उमान पा लिया डिगिया फलक तो फिर भी करम कैसा हो तलिया उत्ते जमीन ने चालिया ਉਹਦਾ ਮੇਰੇ ਸੁਰਾਗ ਬਸ ਐਨ ਅਰਜ਼ਾ ਜੇ ਪਤਾ ਏ ਕੁੱਲ ਗਵਾ ਲਿਆ ਸਰਮਦ ਅਜਬ ਸੌਦਾਗਰੀ ਇਸ਼ਕ ਦੀ ਏ ਆਪਣਾ ਆਪ ਦਿੱਤਾ ਤੇ ਖੁਦਾ ਲਿਆ ਬਿਸਮਿਲਲਾ ਹੁਣ ਸਾਜ਼ਾਂ ਦੀ ਸੈਟਿੰਗ ਹੋਈ ਵੀ ਹੈ ਇਨਸ਼ਾਅੱਲਾ ਇਹ ਦੋਏ ਸਾਰੇ ਭਰਾ ਤੁਸੀਂ ਵੀ ਅੱਛੀ ਬਜ਼ਮ ਸਲਾਸਮ ਬਹੁਤ ਸੋਹਣੀ ਸੁਣਦੇ ਹੋਵੇ ਸੋਹਣੇ ਤਰੀਕੇ ਨਾਲ ਮੈਂ ਅੱਗੇ ਵੀ ਤੁਸੀਂ ਨੇ ਗੋਸ਼ ਗੁਜ਼ਾਰ ਕੀਤਾ ਸੀ ਕਿ ਇਸ ਇਲਾਕੇ ਵਿੱਚ ਇੱਕ ਜ਼ਮਾਨਾ ਕਦੀਮ ਤੋਂ ਸ਼ਰਹਾਣੀ ਪੜੀ ਵੀ ਗਈ ਤੇ ਸੁਣੀ ਵੀ ਗਈ ਅੱਲਾਹ ਪਾਕ ਉਹ ਜਾਣ ਚੰਗੇ ਕਰਨ ਉਹਨਾਂ ਬੰਦਿਆਂ ਨੇ ਜਿੰਨਾ ਇਹਨਾਂ ਚੀਜ਼ਾਂ ਦੀਆਂ ਬੁਨਿਆਦਾਂ ਰੱਖੀਆਂ ਜਿਹੜੀਆਂ ਬਜ਼ਮਾਂ ਸਜਾਈਆਂ ਜਿਹੜੀਆਂ ਅੱਜ ਆਬਾਦ ਸੋਹਣੇ ਤਰੀਕੇ ਨਾਲ ਸੁਣਦੇ ਹੋ ਉਮੀਦ ਕਰਸਾਂ ਅੱਗੇ ਵੀ ਸੋਹਣੇ ਤਰੀਕੇ ਨਾਲ ਸੁਣ ਸੋ ਚੰਦ ਗਵਲ ਅਸਾਂ ਦੀਆਂ ਸਭ ਤੋਂ ਕਾਰਨ ਪੇਸ਼ ਕਰਦੇ ਹਾਂ ਉਸ ਵਾਰ ਜਿਸ ਦਾ ਦੱਸਾਂ ਪਈਆਂ ਨੇ ਚਾਹ ਭਰੀ ਕੋਸ਼ਿਸ਼ ਕਰਸਾਂ Yeah.
Come on, 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 come on
I'm gonna make it.
ਗੁਰਦੇਸ ਕਰਦੇ ਜੀ ਸਾਡੇ ਭਾਈ ਨਗਰਦਾਰ ਰਾਜਾ ਰਮੇਸ਼ ਸਾਹਿਬ ਕਲਾਕਾਰ ਨਾਲ ਤਲਕ ਹੈ ਇਹਨਾਂ ਦੇ ਸ਼ੀਸ਼ੀ ਮੌਜੂਦ ਨਾਲ ਰਾਜਾ ਸਲਮਾਨ ਸਾਹਿਬ ਅੰਮ੍ਰਿਤਸਰ ਰਾਜਾ ਸ਼ੇਜਾ ਸਾਹਿਬ ਅੰਮ੍ਰਿਤਸਰ ਨਾਲ ਤਲਕ ਹੈ ਯਾਸਰ ਮੋਕਮ ਸਾਹਿਬ ਜੀ ਦੇ ਟੁੱਟੀ ਗਰਾਸ ਮਲਕ ਅਲੀ ਸਾਹਿਬ ਆਨਲਾਈਨ ਪ੍ਰੋਗਰਾਮ ਸੁਣਿਆ ਜੀ ਸਾਡੇ ਭਾਈ ਰਾਜਾ ਰਵਿੰਦਰ ਸਿੰਘ ਜੀ ਦੀ ਬੋਈ ਸਾਡੇ ਵੱਲੋਂ ਰਾਜਾ ਜਾਜ ਜਾਜੋ ਸਾਹਿਬ ਜੀ ਇਹਨਾਂ ਦੀ ਖੁਸ਼ੀ ਚਾਹ ਕੁਛ ਕਰਨ ਦੋ ਚਾਰ ਬੋਲ ਅੱਛੇ ਨਾਲ ਪੇਸ਼ ਕਰਾਂ ਉਸ ਤੋਂ ਬਾਅਦ ਫਿਰ ਸਾਡੇ ਦੋਸਤਾਂ ਦੇ ਜਿਹੜੇ ਚਾਹਤ ਹੈ ਰਾਜਾ ਅਦਨਾਨ ਮਤਲੂਬ ਸਾਡੇ ਭਾਈ ਸਾਡੇ ਵੱਲੋਂ ਰਾਜਾ ਮਤਲੂਬ ਰਮਜੀਤ ਸਾਹਿਬ ਜੀ ਉਹਨਾਂ ਨੂੰ ਯਾਦ ਕਰਦੇ ਹੋਏ ਆਪ ਵੀ ਖੁਸ਼ੀ ਲੱਗ ਸਕਦੀ
सामने हो गए
ਮਾਲਕ ਜਲਾਲ ਹਮਦਾਨੀ ਮਾਲਕ ਵਾਸਿਫ ਸਾਹਿਬ ਰਾਜਾ ਉਸਾਮਾ ਰਾਜਾ ਸਲੀਮ ਕਾਦਰੀ ਰਾਜਾ ਜਾਨੀ ਸਾਹਿਬ ਦੀ ਨਾਨੀ ਬਖਸ਼ ਮੁਹੰਮਦ ਨਿਨਾਰ ਸਾਡੇ ਭਾਈ ਅਵੈਸ ਰਸ਼ੀਦ ਸਾਹਿਬ ਬਿਲਕੁਲ ਉਹਨਾਂ ਦੀ ਯਾਦ ਕਰਨੇ ਆਇਆ ਤਮਾਮ ਦੋਸਤ ਅਹਿਬਾਬ ਇਸੀ ਜ਼ਰੂਰ ਸ਼ੇਅਰ ਕਰਿਆ ਪ੍ਰੋਗਰਾਮ ਜੀ
ਤੇ ਸਰਵਿਸ ਥੋੜ੍ਹੀ ਮਾਠੀ ਆ ਤਾਂ ਪਤਾ ਨਹੀਂ ਅੱਗੇ ਰਿਜ਼ਲਟ ਕਹਿ ਜਾਣਾ ਸੀ ਪਰ ਅਸਾਂ ਆਪਣੀ ਤਰਫ ਚਲਾਈ ਆ ਦੋਨੀ ਗੁਜਰ ਸਾਹਿਬ ਨੇ ਜਨੂਬ ਗੁਜਰ ਸਾਹਿਬ ਸਾਰਿਆਂ ਨੂੰ ਆਇਆ Thank you.
ਸਾਰੇ ਹੀ ਕੰਮ ਕਰਨਾ ਬੁੜੇ ਬੁੜੇ ਥਾਂ ਚੀ ਸੱਟਣਾ ਜੀ ਉਹ ਕਰਨਾ ਸੀ ਖੰਭਾ ਮਾਰਿਆ ਉਸੇ ਨੀ ਕਸਰ ਜਨਾਬ ਲੋਕ
चाली शेर दोस्तों ने नजर करने हैं जिसका इंतजामिया ने अपनी हरी जात है साढ़े भाई राजा रमीज साहब रवना तलब है जी इन्हों संजीदा शेर इन्होंने एक सुशी मोहम्मद ने नाम पेश कर सब उस बाद जिस तरह उसका हरी जात हुई कोशिश कर सब लिखना ने मिली एक बड़ी बेन सला उर्दू शहर में शेर है बर्बाद ही करना था तो किसी और तरीके से करते बर्बाद ही करना था तो किसी और तरीके से करते जिंदगी बनकर जिंदगी ही छीन ली तुमने तो लिखना है नहीं इतना ही सदा लेंगे
थोड़ी देर अपना चस्का लाने यार तू समझ चस्का बरसी मुख मोर मलंगी दिल तोड़ोगे नहीं जरे खांदे असर कसम बिहारी है सलीम चौधरी साहब जी एक बजन की शिफरत है बड़ा प्यारा शेर पेश होया मुख मोर मलंगी दिल तोड़ोगे नहीं जरे खांदे असर कसम बिहारी है आने के ओ मेरे सजना यार ये जोड़ यारियां तोड़ जा रे अधी रात जना छोड़ी जाओ यार नहीं हो यार ओ जो यारियां तोड़ जा रे अधी रात सुख वेख जेड़ा ए दौलत वेख जेड़ा आए नार लाल चले मेरे गुरबत मुख गोरे ओ यार राजा जी
जिथे ला बैठा उथे लगी रह सी कई दफा को रिस्पॉन्स नहीं इतना अच्छा इजरत ही जरूरी है लिखने वाले नहीं एक बड़ी बड़ी सुना पढ़े को लाई सुखा लाई नहीं रखी
ਦੱਸੋ ਬੜਾ ਬੁਰਾ ਰਾਜ ਜੀ ਇਲਜ਼ਾਮ ਲਗਾ ਤੂੰ ਝੂਠਾ ਤਾਂ ਤੇਰਾ ਪਿਆਰ ਝੂਠਾ ਵੈਸੇ ਝੂਠੇ ਪਰ ਅੱਲਾ ਨੇ ਲਾਣਾ ਤੁਹਾਡੀ ਹੈ ਸਰਾਈਆਂ ਤੂੰ ਕਰਨਾ ਆਪੂ ਹੀ ਕਰਨਾ ਹੈ ਅੰਦਾਜ਼ੇ ਜਿਹੜੇ ਲਾਣਾ ਹੈ ਆਪੂ ਲਾਣਾ ਹੈ ਤਾਂ ਅਗਰ ਤੂੰ ਤੂੰ ਦੀ ਗੁਸਾ ਬਾਈ ਹੈ ਤੇ ਵੀ ਗੰਧ ਬਾਈ ਹੈ ਮੇਰੇ ਸਜਣਾ ਗਲਤ ਕਿਸਾ ਤੈਨੂੰ ਜਨਾ ਦੱਸਿਆ ਅਸਾਂ ਤੇਰੇ ਖਿਲਾਫ ਕੁਝ ਕਿਹਾਈ ਗਲਤ ਕਿਸਾ ਤੈਨੂੰ ਜਨਾ ਦੱਸਿਆ ਅਸਾਂ ਤੇਰੇ ਖਿਲਾਫ ਕੁਝ ਕਿਹਾਈ ਨਹੀਂ ਕਿਹਾ ਕਿਉਂ ਨੀ ਜ਼ੁਰਤ ਮੇਰੀ ਜਿੱਥੇ ਬੰਦਾ ਦਿਲ ਦੇ ਛੁੜਾ ਉੱਥੇ ਫਿਰ ਬੋਲ ਹੀ ਨਹੀਂ ਸਕਦਾ ਸਾਹਮਣੇ ਸਾਹਮਣੇ ਤਕੜਾ ਹੋਇਆ ਵਾ ਅਗਲੇ ਗੋਲੀਆਂ ਮਾਰ ਕੇ ਰੈਂਸੀ ਨਹੀਂ ਬੰਦਾ ਆਉਣਾ ਨਹੀਂ ਜ਼ੁਰਤ ਮੇਰੀ ਚਸ਼ਮੇ ਸ਼ੋਖ ਨਾਲ ਕਜਲੇ ਪਰੀ ਚਸ਼ਮ ਦੇ ਨਾਲ ਚਸ਼ਮੇ ਸ਼ੋਖ ਨਾਲ ਚਸ਼ਮੇ ਸ਼ੋਖ ਨਾਲ ਮਾਰੀ ਤੀਰ ਐਸਾ ਆਲੇ ਦਰਦ ਕਦੇ ਜੇ ਡੁੰਗਿਆਈ ਨਹੀਂ ਤੇਰੀ ਕਦੀ ਮਨ ਚਸ਼ਮੇ ਪਾਣੀ ਓ ਸਵਲਾਰਾ ਵਾਲਿਆ ਇਹ ਚਸ਼ਮੇ ਪਾਣੀ ਦੇ ਬਣੀਆਂ ਇਹ ਅੱਖੀਆਂ ਚਸ਼ਮੇ ਪਾਣੀ ਦੇ ਬਣੀਆਂ ਇਹ ਅੱਖੀਆਂ ਡੁੱਬਦਾ ਮੈਨੂੰ ਦਬਾਉਂਦਾ ਰਹਿੰਦਾ ਉਹ ਡੁੱਬਦਾ ਮੈਨੂੰ ਦਬਾਉਂਦਾ ਰਹਿੰਦਾ ਇਹ ਦਰਦ ਕਿਉਂ ਨਹੀਂ ਗਿਆ ਆ ਦੱਸਾਂ ਰਾਜਾ ਜੀ ਰਾਜਾ ਇਜਾਜ਼ ਮੁਜਾਜੂ ਜੀ ਤੁਹਾਡੇ ਦਰਦ ਆਲੇ ਦਰਦ ਕਰੇ ਜੇ ਜੁਗੇ ਆਈ ਨਹੀਂ ਕਿਉਂ ਨਹੀਂ ਗਿਆ ਉਹ ਆਸਨ ਤੇ ਲੂ ਮੇਰੀ ਤੇ ਕਿਆ ਦਿਲ ਵਾਲਾ ਕੋਈ ਦਿਲ ਵਾਲਾ ਕੋਈ ਦਿਲ ਕੋਈ ਦਿਲ ਤੋਂ ਪਿਆਈ ਤੋਂ ਆ ਦਿਲ ਰੋ
इन आखना दारू क्यों नहीं गया? अच्छा मैं दसना दारू क्यों नहीं गया? मैं दसना कोई दिन तोड़े इतना दिल रंगा रहना तबीबा ना जिक्र किया ने डॉक्टर ने डॉक्टर सलमान साहब डॉक्टर सलमान साहब डॉक्टर साहब किसान ने बकवासो कोई दिन तोड़े इतना दिल रंगा रहना विच डॉक्टर ना जिक्र किया ना तबीबा ना अच्छा कलर है तबीब भी बड़े माशाल्लाह डॉक्टर सारे भी आते टिक्का हो पेट में दर्द है ना उन्हें तो है सारे हर ये लेकिन है एक बड़ी प्यारी सदा और है वो सजना जो तबीब ने नब्ज देखी दिला मरीज डॉक्टर साहब को चाहिए जिंदगी जिसकी दिला ने बीमारी थी एक दिला ने बीमारी और ये जिसने स्टार्ट ब्रेन ऑपरेशन हुआ एक दिला ने बीमारी और ये जिसमें कोई इलाज नहीं हो रहा हाँ बिल्कुल उधर ही जाऊंगा और ये जदू तबीब ने नब्ज देखी तोबा नब्ज़ पर जिला डॉक्टर आकर ख्याल आपको नसीहा जदू तबीब ने नब्ज़ देखी तोबा तोबा पुकार दा नस गया नसीहा इस वस्त्र के उसने मेडिकल स्टोर के अंदर दवाई कौन सी है इस पर सर का तो साथिया गया कहता नुस्खे दवाइया नहीं कम कर दे राजी स्टोर छोड़ी जा नसीहा बंदिया पूछ रहा नसना क्यों है उस आशा के कहता नुस्खे सामने आनो ये फिर ठीक हो सी वरना तड़पड़ा रे सी कहना शरबत बसरदा हाँ मगो जल दी कहना शरबत बसरदा मगो जल दी दर्द इधर अंदर जिधर दस गया ताकत सरकार और चल दो पल पल सरदार ऐसा मैं तेरे
सड़ता रह सामने तेरे फिराक अंदर सड़ के बदल नहीं होता तबाह जाए ते तेरिया यादा नहीं बस्ती आबाद रहसी खाना दिल नहीं होता फना जाए ओ मेरे सजना रस्ते चलाते ओ मेरे सजना तकदार सोए नित रस्ते चलाते तकदार सा नित रस्ते बड़ा प्यारा शेर पेश होया जी तकदा रे सवे रस्ते देरे मेरिया सावा अंदर नी जिजरे सा अज जे तक महबूब मैं जिंदा हां तेरे रस्ते तकना रे सा थोड़ी देर पहले ना आख्या वे तू ही झूठा ता तड़ा प्यार भी झूठा पर मजीद में ज्यादा टोकर ना लगा अड़े बस कर दे गोलियां बड़िया दित्तियां नहीं जे सवार दफा में बोलिया ना शरीकों बनो सारे बनो छुपी का रहना नहीं गया लुक छुप के अपने दिलों ने जड़े जख्म सन उन्होंने पर सबर दिया पटिया दिखा पटिया सबर दिया खत में कई बार
آج کل واٹسپ اندر بندہ کو گل کر رہا ہے بندہ چیٹ تک نہ ہونا اپر گرین لکھی ہے ٹائپنگ آ رہی ہے پی پہلے دور ختم انتظار کرنا پڑا ڈاکٹر سلمان صاحب تھوڑے پرانے بندے یہ سمجھ رہے سر خطر انتظار شاید تو سمجھتا ہوا ہے اصل نہیں کیتا دور ایسا آئی چیزاں ایسی آئی ہیں کہ اصل یہ سہولت حاصل نہیں ہوئی لیکن آج کل بانے کا مقصد ہے کہ بندہ دو منٹ انتظار نہیں کر سکتا فوری بلاک کر لکھنا نہیں بڑی دیر صدا کے آنے لکھے خطاں تے لکھے خطاں تے میرا یار پنڈی دا
شیخ ملک صاحب دا ملک خراب اور دون پکا یاراں سلامت والی نخیقے اننی نظر جی آنے کے میرا یار یوں سارے بھائی راجا رمیش صاحب جی تین مشہور موجود ہیں آنے کے میرا یار پنڈی دا Thank you.
ਸਾਡੇ ਭਾਈ ਜੀ ਸ਼ਿਰਾਜ ਸਿਰਾਜੀ ਸਾਹਿਬ ਉਹਨਾਂ ਨੇ ਚਾਹਤ ਨੇ ਮਾਰ ਦੀ ਕੋਸ਼ਿਸ਼ ਕਰਨੇ ਜ਼ਰੂਰ ਔਰ ਬਖਸੂਸ ਮੇਰੇ ਭਾਈ ਨਾਲ
ਰਾਜਾ ਰਵੀ ਸਾਹਿਬ ਚੌਧਰੀ ਨਿਸ਼ਾਦ ਚੌਧਰੀ ਫੰਕਸ਼ਨ ਜ਼ਰਾ ਚੌਧਰੀ ਆਰਸ ਬਰਦਾ ਚੌਧਰੀ ਪ੍ਰਤਾਪ ਸਾਹਿਬ ਵਾਲੇ ਜੀ ਜੋ ਬਾਦਸ਼ਾਹ ਰਾਜਾ ਸਾਹਿਬ ਜੀ ਦੇ ਜੋ ਬਾਦਸ਼ਾਹ ਦਾ ਸੋ ਜੀ ਜੀ ਸਾਡੇ ਬਾਦਸ਼ਾਹ ਜੀ ਦੇ ਸਾਡੇ ਜਾਨ ਜੀ ਦੇ ਜੀ ਸਾਡਾ ਜੀ ਦੇ ਜੀ ਸਾਡਾ ਜੀ ਦੇ ਸਾਡੇ ਜਰਾ ਜੀ ਸਾਡੇ ਸਾਹਿਬ ਦੇ ਇਰਾਦ ਜੀ ਦੇ ਅਸਾਦ ਜੀ ਦੇ ਜੀ ਦੇ ਅਦੀ ਕਸ਼ਮੀਰ ਦੇ ਅਸਰ ਅਰਦਾਸ ਦੇ ਅਸਰ ਬਾਵਾ ਬਾਜੀ ਜੀ ਦੇ ਬਰਾਦ ਜੀ ਸੇ ਜੋਗਨ ਦਾ ਪੱਕਾ ਯਾਰਾਂ ਦੇ ਰਾਜਾ ਯਾਦ ਯਾਰ
ملک شمس صاحب
ਰਾਜਾ ਰਣਜੀਤ ਪੁੱਲਾ ਸ਼ਹਿਰਾਜ ਸ਼ਹਿਰਾਜੀ ਸਾਹਿਬ ਬਦਲ ਨੇ ਬਾਣੀ ਇਹਨਾਂ ਨਾਲ ਡਾਕਟਰ ਸਲਮਾਨ ਸਾਹਿਬ ਇਹਨਾਂ ਨੇ ਸੁਸੀ ਸ਼ਾਹ ਨਾਲ ਇੱਕ ਗੱਲ ਸੰਦੇਸ਼ ਕਰਦੇ ਸਵਾਲ ਸਮਾਜ ਨੂੰ ਬੋਲ ਕੇ ਸਾਹ ਬੋਲ ਸੁਣ ਕੇ ਜਾ ਰਹੇ ਹਨ ਦੁਨੀਆਂ ਨੇ ਹੈ ਰੁਲਾ ਸਾਜਨ ਮੇਰੇ
ਯਾਦ ਹੈ ਸ਼ਰਾਜ ਗੁਰੂ ਸ਼ਰਾਜੀ ਮੱਕਾ ਯਾਰਾਨਾ ਉਸਮਾਨ ਰਾਜੀ ਉਸਮਾਨ ਭਾਈ ਯਾਰਾਨ ਮਾਰੀ ਉਸਮਾਨ ਰਾਜਾ ਤਲਕ ਬਲ ਅਰਮਾਨ ਰਾਜਾ ਆਖਰੀ ਸ਼ੇਰ ਜਿਸ ਤਰ੍ਹਾਂ ਮੈਂ ਦੱਸਿਆ
ਪ੍ਰੋਗਰਾਮ ਸੁਣਨ ਦੀ ਸਾਡੇ ਭਾਈ ਰਾਜਾ ਨਵੀਨ ਜੀ ਦੀ ਜਿਹਨੇ ਸਿੱਧੀ ਮੁਹੰਮਦ ਵਾਲ ਆਕਾਸ਼ ਗੋਸ਼ੀ ਸਾਹਿਬ ਤੋਂ ਭਾਈ ਸਾਡੇ ਭਾਈ ਚੌਧਰੀ ਸ਼ਾਹਜਾਨ ਸਾਹਿਬ ਤੋਂ ਭਾਈ ਆਸਫ ਮਹਿਲਾ ਸਾਹਿਬ ਕੋਟਲਾਣਾ ਤਾਲੁਕ ਹੈ ਉਹਨਾਂ ਨੇ ਸਿੱਧੀ ਯਾਦ ਨਾਲ ਯੂਕੇ ਜਾਣੇ ਮੇਰੇ ਭਾਈ ਸ਼ਹੀਦ ਅਲੀਮ ਸ਼ਦਾਈ ਸਾਹਿਬ ਦੇ ਨਾਲ ਚੌਧਰੀ ਸਾਹਿਬ ਸਾਰੇ ਬੰਦੇ ਚਾਹੁੰਦੇ ਨਾਲ ਆਖਰੀ ਗੀਤ ਕਰਦੇ ਹਾਂ ਇਸ ਵਾਰ ਦੋਸਤੋ ਦੋਸਤਾਂ ਨੂੰ ਦੱਸਣਾ ਹਾਂ।